ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ ਸਾਰੇ ਨੇ? 25 ਅਪ੍ਰੈਲ 2024 ਦੇ ਕਰੰਟ ਅਫੇਅਰ 'ਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਮੈਂ ਹਾਂ ਅਮਿਤ ਅਤੇ ਸਭ ਦਾ ਇੱਕ ਪਲੇਟਫਾਰਮ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸਟੈਟਿਕ GK ਦੇ ਨਾਲ ਕਰੰਟ ਅਫੇਅਰ ਕਰਨ ਦੀ ਆਦਤ ਜਿਹੜੀ ਹੈਗੀ ਹੈ ਉਹ ਬੱਚੇ ਨੂੰ ਸਕਸੈਸ ਬਣਾ ਦਿੰਦੀ ਹੈ। ਠੀਕ ਹੈ, ਤੁਹਾਨੂੰ ਸਟੈਟਿਕ ਪੁਆਇੰਟਸ ਵੀ ਨਾਲ ਨਾਲ ਕਵਰ ਹੁੰਦੇ ਨੇ ਅਤੇ ਕਰੰਟ ਦੇ ਰਿਲੇਟਡ ਜੋ ਵੀ ਨਿਊਜ਼ ਹੁੰਦੀਆਂ ਨੇ, ਅਪਡੇਟਸ ਹੁੰਦੀਆਂ ਨੇ, ਕਰੰਟ ਕੰਟਰੀ ਵਾਈਜ਼ ਲਗਾ ਲਓ ਚਾਹੇ ਸਟੇਟ ਵਾਈਜ਼ ਲਾ ਲਓ, ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ। ਤਾਂ ਇੰਪੋਰਟੈਂਟ ਨੇ ਅੱਜ ਦੇ ਵੀ ਕਰੰਟ ਅਫੇਅਰ, ਸੋ ਧਿਆਨ ਨਾਲ ਸਾਰਿਆਂ ਨੇ ਕਰਨਾ। ਐਂਡ ਲਾਸਟ ਦੇ ਵਿੱਚ ਤੁਹਾਡੇ ਲਈ ਸਾਰਿਆਂ ਵਾਸਤੇ ਇੱਕ ਕੁਐਸਚਨ ਆਫ ਦਾ ਡੇ ਵੀ ਹੋਊਗਾ। ਲਾਸਟ ਦੇ ਵਿੱਚ ਜਿਹੜੇ ਕੁਐਸਚਨ ਆਫ ਦਾ ਡੇ ਕੱਲ ਮੈਂ ਪੁੱਛਿਆ ਸੀ 24th ਨੂੰ, ਉਹਦਾ ਆਨਸਰਸ ਵੀ ਜਿਹੜਾ ਆਪਾਂ ਡਿਸਕਸ ਕਰਾਂਗੇ ਅਤੇ ਕਾਫੀ ਬੱਚਿਆਂ ਦੇ ਨਾਮ ਵੀ ਆਪਾਂ ਬੋਲਾਂਗੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਆਨਸਰ ਸਹੀ ਦਿੱਤੇ ਨੇ। ਠੀਕ ਹੈ, ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਮੋਟੀਵੇਸ਼ਨ ਕੋਡ ਤੋਂ। ਮੋਟੀਵੇਸ਼ਨ ਕੋਡ ਕੀ ਕਹਿੰਦਾ ਜੀ ਸਾਡਾ? ਬੀ ਦਾ ਚੇਂਜ ਦੈਟ ਯੂ ਵਿਸ਼ ਟੂ ਸੀ ਇਨ ਦਾ ਵਰਲਡ। ਕਹਿੰਦਾ ਜੀ ਉਹ ਚੇਂਜ ਬਣੋ ਜੋ ਤੁਸੀਂ ਵਰਲਡ ਦੁਨੀਆ ਦੇ ਵਿੱਚ ਦੇਖਣਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਨਾ ਕਿ ਦੁਨੀਆ ਇੱਦਾਂ ਦੀ ਹੋਣੀ ਚਾਹੀਦੀ ਹੈ, ਇੱਦਾਂ ਦੀ ਹੋਣੀ ਚਾਹੀਦੀ ਹੈ, ਉਹ ਚੇਂਜ ਤੁਸੀਂ ਲੈ ਕੇ ਆਓ, ਤੁਸੀਂ ਸਟਾਰਟ ਕਰ ਦਿਓ। ਸਭ ਕੁਝ ਹੋ ਜਾਊਗਾ ਹੌਲੀ ਹੌਲੀ, ਟਾਈਮ ਲੱਗੂਗਾ ਬਟ ਹੋਊਗਾ ਡੈਫੀਨੇਟਲੀ। ਮਹਾਤਮਾ ਗਾਂਧੀ ਜੀ ਦੀ ਇਹ ਵਰਡਿੰਗਸ ਨੇ, ਇਹਨਾਂ 'ਤੇ ਗੌਰ ਕਰਿਓ ਸਾਰੇ ਜਣੇ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ। ਕੈਪਰੀ ਸਿਟੀ ਦਾ ਨਾਮ ਮੈਂ ਬੋਲਿਆ ਸੀ ਜੀ, ਕੈਪਰੀ ਸਿਟੀ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਉਹ ਕਿਹੜੀ ਕੰਟਰੀ ਨੂੰ ਲਿੰਕ ਹੈ, ਕਿਹੜੀ ਕੰਟਰੀ ਨੂੰ ਲੋਕੇਟਡ ਹੈ। ਸੋ ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਕੈਪਰੀ ਸ਼ਹਿਰ ਕਿਸ ਸ਼ਹਿਰ ਨਾਲ ਸੰਬੰਧਿਤ ਹੈ। ਸੋ ਇਹ ਹੈਗਾ ਜੀ ਇਟਲੀ ਦੇ ਵਿੱਚ, ਇਟਲੀ ਦੀ ਕੰਟਰੀ ਦੇ ਵਿੱਚ ਇੱਕ ਸ਼ਹਿਰ ਹੈ ਕੈਪਰੀ ਸਿਟੀ। ਤਾਂ G7 ਫੋਰਨ ਮਿਨਿਸਟਰਸ ਨਹੀਂ ਸੀ ਜਿਹੜੇ ਕਨਵੇਨ ਕੈਪਰੀ ਇਟਲੀ ਫਰੋਮ 17 ਤੋਂ ਲੈ ਕੇ 19 ਅਪ੍ਰੈਲ 2024 ਦੇ ਵਿੱਚ ਇਹਨਾਂ ਦੀ ਇਟਾਲੀਅਨ ਫੋਰਨ ਮਿਨਿਸਟਰਸ ਐਂਟੋਨੀਓ ਟੰਜ਼ਾਨੀ ਜਿਹੜੇ ਨੇ ਉਹਨਾਂ ਨੇ ਲੀਡ ਕੀਤਾ ਸੀ ਇਸ G7 ਫੋਰਨ ਮਿਨਿਸਟਰਸ ਨੂੰ। G7 ਕੰਟਰੀਜ਼ ਕਿਹੜੀਆਂ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਠੀਕ ਹੈ, ਸੋ ਇਟਲੀ ਦੇ ਵਿੱਚ ਇੱਕ ਜਗ੍ਹਾ ਹੈ ਜਿਹਦਾ ਨਾਮ ਹੈ ਕੈਪਰੀ, ਉਹਦੇ ਰਿਲੇਟਡ ਕੋਈ ਗੱਲਬਾਤ, ਉਹਦੀ ਮੀਟਿੰਗ ਸੀਗੀ ਕੈਪਰੀ ਸਿਟੀ ਦੇ ਵਿੱਚ, ਤਾਂ ਉਹਦੇ ਕਰਕੇ ਇਹ ਸ਼ਹਿਰ ਨਿਊਜ਼ ਦੇ ਵਿੱਚ ਸੀਗਾ, ਉਹਦਾ ਆਂਸਰ ਆਜੂਗਾ ਇਟਲੀ। ਇਹ ਸੀਗਾ ਇਹਦਾ ਆਂਸਰ। ਤਾਂ ਨੈਕਸਟ ਆ ਗਿਆ ਬੈਸਟ ਆਂਸਰ ਦੇ ਵਿੱਚ, ਅੰਮ੍ਰਿਤਪਾਲ ਕੌਰ ਸ਼ੇਰਗਿੱਲ, ਮਾਨ ਕੌਰ, ਸੰਦੀਪ ਕੌਰ, ਪਵਨਦੀਪ ਸਿੰਘ ਐਂਡ ਇਟਸ ਹੈਰੀ ਨਾਰੇ, ਇਹਨਾਂ ਨੇ ਸਹੀ ਆਂਸਰ ਦਿੱਤੇ ਨੇ। ਅਤੇ ਬਿਲਕੁਲ ਸਹੀ ਆਂਸਰ ਜੇ ਦੇਖਿਆ ਜਾਵੇ ਤਾਂ ਪਵਨਦੀਪ ਸਿੰਘ ਜਿਹਦਾ ਬਿਲਕੁਲ ਸਹੀ ਆਂਸਰ ਦਿੱਤਾ। ਤਾਂ ਥੈਂਕ ਯੂ ਸਟੂਡੈਂਟਸ। ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਪਹਿਲੀ ਨਿਊਜ਼ ਤੋਂ, ਨੈਸ਼ਨਲ ਪੰਚਾਇਤੀ ਰਾਜ। ਇਟਸ ਵੈਰੀ ਇੰਪੋਰਟੈਂਟ ਟੋਪਿਕ ਕਰੰਟਲੀ ਵੀ ਜੇ ਦੇਖਿਆ ਜਾਵੇ ਤਾਂ ਲਾਈਕ ਸਟੈਟਿਕ ਪੁਆਇੰਟ ਬਹੁਤ ਇੰਪੋਰਟੈਂਟ ਹੈ। ਸੋ 24 ਅਪ੍ਰੈਲ ਦਾ ਦਿਨ ਜਿਹੜਾ ਇਹ ਯਾਦ ਰੱਖਣਾ, ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦਾ ਹੁੰਦਾ ਹੈ। ਨੈਸ਼ਨਲ ਪੰਚਾਇਤ ਜਿਹੜੀ ਆਪਣੇ ਪੰਚਾਇਤੀ ਰਾਜ ਸਿਸਟਮ ਸਟਾਰਟ ਹੋਇਆ ਇਹ 24 ਅਪ੍ਰੈਲ ਦਾ ਦਿਨ ਰੱਖਿਆ ਗਿਆ। ਕਿਉਂ ਰੱਖਿਆ ਗਿਆ ਸਟਾਰਟ ਦੇਖਦੇ ਹਾਂ ਜੀ। ਇਨ ਅਰਲੀ 1950s ਦੇ ਵਿੱਚ ਕੀ ਹੋਇਆ, ਫਸਟ ਨੈਸ਼ਨਲ ਡਿਵੈਲਪਮੈਂਟ ਕੌਂਸਲ ਰਿਕਮੈਂਡ ਕੀਤਾ ਸੀ ਕਿ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਗੌਰਮੈਂਟਸ ਦਾ, ਇਹ ਬਣਾਉਣਾ ਪੈਣਾ ਹੈ। ਤਾਂ 1993 ਦੇ ਵਿੱਚ ਜਾ ਕੇ 50 ਤੋਂ ਲੈ ਕੇ 93, ਮਤਲਬ ਲਗਭਗ 43 ਸਾਲਾਂ ਬਾਅਦ, ਲਗਭਗ 50 ਸਾਲਾਂ ਦੇ ਕਰੀਬਨ ਕਰੀਬਨ ਦੇਖਿਆ ਗਿਆ, 43 ਸਾਲਾਂ ਬਾਅਦ ਦੇਖਿਆ ਗਿਆ ਕਿ 73rd ਅਮੈਂਡਮੈਂਟ ਹੋਇਆ। ਹੁਣ 73rd ਅਮੈਂਡਮੈਂਟ ਕਦੋਂ ਹੋਇਆ ਜੀ? 93 ਦੇ ਵਿੱਚ ਹੋਇਆ, ਜਿਹਦੇ ਵਿੱਚ ਪੰਚਾਇਤੀ ਰਾਜ ਸਿਸਟਮ ਸੀ ਜਿਹੜਾ ਉਹ ਇੰਪਲੀਮੈਂਟ ਹੋਇਆ ਰੂਰਲ ਏਰੀਆ ਦੇ ਵਿੱਚ। ਸੋ ਜਿੰਨੇ ਵੀ ਰੂਰਲ ਏਰੀਆਜ਼ ਨੇ, ਜਿੰਨਾ ਵੀ ਪੇਂਡੂ ਸਾਈਡ ਹੈ, ਉੱਥੇ ਪੰਚਾਇਤ ਹੁੰਦੀ ਹੈ, ਮੈਂਬਰ ਹੁੰਦੇ ਨੇ, ਸਰਪੰਚ ਹੁੰਦਾ, ਰਾਈਟ? ਸੋ ਉਹਨੂੰ ਪੰਚਾਇਤ ਬੋਲਦੇ ਨੇ। ਉਸੇ ਤਰੀਕੇ ਨਾਲ MCs ਹੁੰਦੇ ਨੇ, ਜਿਹਨੂੰ ਮਿਊਂਸੀਪਲ ਕਾਰਪੋਰੇਸ਼ਨ ਜਾਂ ਮਿਊਂਸੀਪਲ ਕਮੇਟੀ ਬੋਲਦੇ ਹਾਂ ਆਪਾਂ, ਤਾਂ ਉਹ ਥੋੜ੍ਹੇ ਜਿਹੇ ਵੱਡੇ ਸ਼ਹਿਰਾਂ 'ਚ ਹੁੰਦਾ, ਜਿਵੇਂ ਕਿ ਆਪਾਂ ਡਿਸਟ੍ਰਿਕਟ ਕੌਂਸਲ ਦੀ ਗੱਲ ਕਰਦੇ ਹਾਂ। ਦੇਖੋ ਇੱਥੇ ਵੀ ਲਿਖ ਵੀ ਰੱਖਿਆ ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਡਿਸਟ੍ਰਿਕਟ ਕੌਂਸਲ, ਇਹ ਤਿੰਨ ਟਾਇਰਸ ਹੁੰਦੇ ਨੇ, ਇਹਦੇ ਵਿੱਚ ਤਿੰਨ ਟਾਈਪ ਦਾ ਸਿਸਟਮ ਹੁੰਦਾ ਹੈ। ਜਵਾਹਰ ਲਾਲ ਨਹਿਰੂ ਨੇ ਇਨੋਗਰੇਟ ਕੀਤਾ ਸੀ ਪੰਚਾਇਤ ਸਭ ਤੋਂ ਪਹਿਲਾਂ ਨਗੌਰ ਦੇ ਵਿੱਚ, ਨਗੌਰ ਜ਼ਿਲ੍ਹਾ ਹੈ ਰਾਜਸਥਾਨ ਦੇ ਵਿੱਚ, 2 ਅਕਤੂਬਰ 1959 ਦੇ ਵਿੱਚ। ਲੇਕਿਨ ਜੇ ਆਪਾਂ ਗੱਲ ਕਰੀਏ ਐਕਟ ਦੇ ਤਹਿਤ, ਇਹ 73ਵਾਂ ਸੋਧ ਸੀਗਾ ਸੰਵਿਧਾਨ ਦੇ ਵਿੱਚ, ਕੌਨਸਟੀਟਿਊਸ਼ਨ ਅਮੈਂਡਮੈਂਟ ਸੀਗਾ 1993 ਦੇ ਵਿੱਚ ਆਇਆ ਸੀ, ਉਹਦੇ ਜ਼ਰੀਏ ਇਹਨੂੰ ਕੀ ਕੀਤਾ ਗਿਆ ਜੀ,
ਇਹਨੂੰ ਕੀ ਕੀਤਾ ਗਿਆ, ਇੰਪਲੀਮੈਂਟ ਕੀਤਾ ਗਿਆ। ਸੋ ਰਾਈਟ ਹੋ ਗਿਆ। ਅੱਗੇ ਗੱਲ ਕਰਦੇ ਹਾਂ ਇੰਡੀਆ ਦੀ ਗੀਤਾ ਸੱਭਰਵਾਲ। ਸੋ ਇੰਡੀਆ ਵਾਸਤੇ ਵਧੀਆ ਗੱਲ ਹੈ ਕਿ ਗੀਤਾ ਸੱਭਰਵਾਲ ਨੂੰ ਅਪੁਆਇੰਟ ਕੀਤਾ ਗਿਆ ਯੂਨਾਈਟਿਡ ਨੇਸ਼ਨ ਰੈਜ਼ੀਡੈਂਟ ਕੋਆਰਡੀਨੇਟਰ ਇੰਡੋਨੇਸ਼ੀਆ। ਇੰਡੋਨੇਸ਼ੀਆ ਦੇ ਵਿੱਚ ਇਹਨਾਂ ਨੂੰ ਰੈਜ਼ੀਡੈਂਟ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੀਤਾ ਸੱਭਰਵਾਲ ਦਾ ਨਾਮ ਇੰਪੋਰਟੈਂਟ ਹੋ ਗਿਆ। ਯੂਨਾਈਟਿਡ ਨੇਸ਼ਨ ਦੇ ਜਿਹੜੇ ਸੈਕਰਟਰੀ ਜਨਰਲ ਨੇ ਅੰਟੋਨੀਓ ਗਟਰਸ, ਇਹਨਾਂ ਨੇ ਇਹ ਅਪੁਆਇੰਟਮੈਂਟ ਕੀਤੀ ਹੈ ਜੀ ਗੀਤਾ ਸੱਭਰਵਾਲ ਦੀ ਇੰਡੋਨੇਸ਼ੀਆ ਦੇ ਵਿੱਚ। ਠੀਕ ਹੈ। ਸੋ ਇੰਡੋਨੇਸ਼ੀਆ ਦੇ ਵਿੱਚ ਮਤਲਬ ਜੇ ਇਹਨਾਂ ਦੀ ਗੱਲ ਕਰੀਏ, ਇਹਨਾਂ ਦਾ 30 ਸਾਲ ਦਾ ਐਕਸਪੀਰੀਅੰਸ ਹੈ, ਚਾਹੇ ਉਹ ਕਲਾਈਮੇਟ ਟ੍ਰਾਂਜੀਸ਼ਨ ਨੂੰ ਲੈ ਲਓ, ਸਸਟੇਨੇਬਲ ਪੀਸ ਨੂੰ ਲੈ ਲਓ, ਗਵਰਨੈਂਸ, ਸੋਸ਼ਲ ਪਾਲਿਸੀਜ਼ ਨੂੰ ਲੈ ਕੇ, ਇਹਨਾਂ ਕੰਮਾਂ ਦੇ ਵਿੱਚ ਇਹਨਾਂ ਦਾ ਵਧੀਆ ਯੋਗਦਾਨ ਹੈ, ਤਜਰਬਾ ਇਹਨਾਂ ਦਾ ਐਕਸਪੀਰੀਅੰਸ ਹੈ 30 ਸਾਲਾਂ ਦਾ। ਸੋ ਯੂਨਾਈਟਿਡ ਨੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਫਾਊਂਡ ਕਦੋਂ ਹੋਈ ਸੀ, 24 ਅਕਤੂਬਰ 1945 ਦੇ ਵਿੱਚ। ਹੈੱਡਕੁਆਟਰ ਕਿੱਥੇ ਹੈ ਜੀ, ਨਿਊਯਾਰਕ US ਦੇ ਵਿੱਚ। ਅਤੇ ਦੇਰ ਆਰ 6 ਮੇਨ ਬਾਡੀਜ਼, 6 ਮੇਨ ਬਾਡੀਜ਼ ਨੇ ਇਹਦੀਆਂ ਜਿਹਦੀ ਆਪਾਂ ਗੱਲ ਕਰੀਏ ਯੂਨਾਈਟਿਡ ਨੇਸ਼ਨਸ ਦੀਆਂ। ਉਹ ਕਿਹੜੀਆਂ ਕਿਹੜੀਆਂ ਬਾਡੀਜ਼ ਨੇ ਉਹਦੇ ਵਿੱਚ ਆਪਾਂ ਜੇ ਚਰਚਾ ਕਰੀਏ ਤਾਂ ਜਨਰਲ ਅਸੈਂਬਲੀ ਦਾ ਨਾਮ ਆਉਂਦਾ ਸਭ ਤੋਂ ਪਹਿਲਾਂ। ਜਨਰਲ ਅਸੈਂਬਲੀ ਹੁੰਦੀ ਹੈ, ਜਨਰਲ ਅਸੈਂਬਲੀ, ਇਹਦੇ ਜੇ 6 ਮੇਨ ਬਾਡੀਜ਼ ਦੀ ਗੱਲ ਕਰਦੇ ਹਾਂ, ਜਨਰਲ ਅਸੈਂਬਲੀ ਹੁੰਦੀ ਹੈ। ਦੂਜੇ ਨੰਬਰ 'ਤੇ ਜੇ ਆਪਾਂ ਗੱਲ ਕਰਦੇ ਹਾਂ ਸਿਕਿਉਰਿਟੀ ਕੌਂਸਲ ਹੁੰਦਾ ਹੈ। ਤੀਜੇ ਨੰਬਰ 'ਤੇ ਹੁੰਦਾ ਇਕਨੋਮਿਕ ਐਂਡ ਸੋਸ਼ਲ ਕੌਂਸਲ, ਅਤੇ ਚੌਥੇ ਨੰਬਰ 'ਤੇ ਟਰੱਸਟਸ਼ਿਪ ਕੌਂਸਲ ਹੁੰਦੀ ਹੈ, ਅਤੇ ਪੰਜਵੇਂ ਨੰਬਰ 'ਤੇ ਹੁੰਦੀ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਕੋਰਟ ਆਫ ਜਸਟਿਸ, ਅਤੇ ਜੇ 6ਵੇਂ ਨੰਬਰ ਦੀ ਗੱਲ ਕਰਦੀ ਹਾਂ ਤਾਂ ਸੈਕਟਰੀਏਟ ਹੁੰਦਾ ਹੈ। ਠੀਕ ਹੈ। ਸੋ ਪਹਿਲੇ ਨੰਬਰ 'ਤੇ ਕੀ ਆ ਗਿਆ, ਜਨਰਲ ਅਸੈਂਬਲੀ। ਦੂਜੇ ਨੰਬਰ 'ਤੇ ਕੀ ਆ ਗਿਆ, ਸਿਕਿਉਰਿਟੀ ਕੌਂਸਲ। ਤੀਜੇ ਨੰਬਰ 'ਤੇ ਆ ਗਿਆ ESC, ਜਾਣੀ ਕਿ ਇਕਨੋਮਿਕ ਐਂਡ ਸੋਸ਼ਲ ਕੌਂਸਲ। ਅਗਰ ਕੋਈ ਨੋਟ ਕਰ ਰਿਹਾ ਤਾਂ ਉਹ ਨੋਟ ਕਰ ਸਕਦਾ ਹੈ। ਅਤੇ ਜੇ ਟਰੱਸਟਸ਼ਿਪ ਕੌਂਸਲ ਜਿਹੜੀ ਹੈਗੀ ਹੈ, ਚੌਥੀ ਹੈ, ਅਤੇ ਇਹਦੀ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੱਥੇ ਦਿਖ ਨਹੀਂ ਰਿਹਾ ਹੋਣਾ ਪ੍ਰੋਪਰਲੀ, ਮੈਂ ਇੱਥੇ ਲਿਖਤਾ। ਅਤੇ 6ਵੀਂ ਹੋ ਗਈ ਜੀ ਤੁਹਾਡੀ ਸੈਕਟਰੀਏਟ। ਠੀਕ ਹੈ। ਸੋ ਇਹਦਾ ਧਿਆਨ ਰੱਖਣਾ ਤੁਸੀਂ, ਇਹ 6 ਮੇਨ ਬਾਡੀਜ਼ ਨੇ ਯੂਨਾਈਟਿਡ ਨੇਸ਼ਨ ਦੀਆਂ। ਅੱਗੇ ਗੱਲ ਕਰਦੇ ਹਾਂ ਇੰਡੋਨੇਸ਼ੀਆ ਬਾਰੇ। ਸੋ ਇੰਡੀਆ ਦੇ ਪ੍ਰਸਪੈਕਟਿਵਲੀ ਇੰਡੋਨੇਸ਼ੀਆ ਕੁਝ ਇਸ ਜਗ੍ਹਾ ਦੇ ਉੱਤੇ ਲੋਕੇਟਡ ਹੈ, ਕਾਫੀ ਆਈਲੈਂਡ ਕੰਟਰੀ ਹੈ। ਸੋ ਇਹਦੀ ਕੈਪੀਟਲ ਕੀ ਹੈ, ਜਕਾਰਤਾ। ਆਫੀਸ਼ੀਅਲ ਲੈਂਗੁਏਜ ਇੰਡੋਨੇਸ਼ੀਅਨ ਬੋਲੀ ਜਾਂਦੀ ਹੈ। ਪ੍ਰੈਜ਼ੀਡੈਂਟ ਕੌਣ ਨੇ ਜੀ, ਜੋਕੋ ਵਿਡੋਡੋ। ਅਤੇ ਪਾਪੂਲੇਸ਼ਨ ਲਗਭਗ 27 ਕਰੋੜ ਹੈ। ਅਤੇ ਪ੍ਰੋਵਿੰਸਿਸ ਬਾਲੀ, ਪਪੂਆ, ਐਕੇ, ਵੈਸਟ ਜਾਵਾ, ਸੈਂਟਰਲ ਜਾਵਾ, ਈਸਟ ਜਾਵਾ, ਇਹ ਸਾਰੇ ਉੱਥੋਂ ਦੇ ਆਈਲੈਂਡਸ ਨੇ, ਪ੍ਰੋਵਿੰਸਿਸ ਨੇ ਉੱਥੇ, ਵੱਖਰੇ ਵੱਖਰੇ ਪ੍ਰਾਂਤ ਨੇ। ਅਤੇ ਸੁਪਰੀਮ ਕੋਰਟ ਨੈਕਸਟ ਦੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਅਲਾਓ ਕੀਤਾ 14 ਸਾਲ ਦੀ ਉਮਰ ਦੇ ਹਮਲੇ ਦੇ ਪੀੜਤ ਦੀ 30 ਹਫ਼ਤੇ ਦੀ ਗਰਭ ਅਵਸਥਾ ਦੀ ਸਮਾਪਤੀ ਦੀ ਇਜਾਜ਼ਤ ਦਿੰਦਾ। ਕਹਿਣ ਦਾ ਮਤਲਬ ਜੇ ਕੋਈ ਲੜਕੀ 14 ਸਾਲ ਤੋਂ ਛੋਟੀ ਹੈ ਤਾਂ ਉਹ ਪ੍ਰੈਗਨੈਂਟ ਹੋ ਗਈ, ਮਤਲਬ ਕਿ ਚਲੋ ਬੱਚਿਆਂ ਦਾ ਪ੍ਰੈਗਨੈਂਟ ਹੋਣਾ ਵੱਡੀ ਗੱਲ ਨਹੀਂ ਹੈ, ਲੇਕਿਨ ਫਿਰ ਵੀ ਕੁਛ ਗਲਤੀ ਕਰਕੇ ਲੜਕੀ ਅਗਰ 14 ਸਾਲ ਤੋਂ ਪਹਿਲਾਂ ਕੀ ਹੋ ਗਈ ਜੀ, ਪ੍ਰੈਗਨੈਂਟ ਹੋ ਚੁੱਕੀ ਹੈ, ਤਾਂ ਜੇ ਉਹਦੇ ਗਰਭ ਦੇ ਵਿੱਚ 30 ਵੀਕ ਦਾ ਬੱਚਾ ਹੈ, ਠੀਕ ਹੈ, ਗਰਭ ਹੈ, ਤਾਂ ਉਹਨੂੰ ਇਜਾਜ਼ਤ ਦਿੰਦਾ ਹੈ ਉਹਦੀ ਸਮਾਪਤੀ ਦੀ, ਇਹ ਸੁਪਰੀਮ ਕੋਰਟ ਦਾ ਕਹਿਣਾ ਹੈ। ਅਗਰ ਕੋਈ ਉਹਨੂੰ ਕਵੇ ਵੀ ਨਹੀਂ ਤੇਨੇ ਬੱਚੇ ਨੂੰ ਪਾਲਣਾ ਹੈ, ਤੇਰੇ ਪਾਲਣ ਪੋਸ਼ਣ ਕਰਨਾ ਹੈ, ਤੇਨੇ ਇਸ ਬੱਚੇ ਨੂੰ ਜਨਮ ਦੇਣਾ ਹੈ, ਮਤਲਬ 14 ਸਾਲ ਤੋਂ ਛੋਟੇ ਵਾਲੇ ਬੱਚੇ ਨੂੰ, ਗੁੜੀਆ ਨੂੰ ਕਹਿਵੇ ਕੋਈ, ਤਾਂ ਉਹਦਾ ਨੈਗੇਟਿਵ ਇੰਪੈਕਟ ਕਿਤੇ ਪਊਗਾ ਉਹਦੀ ਫਿਜ਼ੀਕਲ ਅਤੇ ਮੈਂਟਲ ਹੈਲਥ 'ਤੇ ਪੈ ਸਕਦਾ। ਠੀਕ ਹੈ। ਸੋ ਜਾਂ ਤਾਂ ਕਿ ਉਹਦੀ ਜੇ ਪ੍ਰੈਗਨੈਂਸੀ ਨੂੰ ਆਪਾਂ ਕੰਟੀਨਿਊ ਕਰਨ ਨੂੰ ਕਹੀਏ, ਸਰ ਇਸ ਅਕੋਰਡਿੰਗਲੀ ਜੇ ਆਪਾਂ ਗੱਲ ਕਰੀਏ, ਇਹ ਸੁਪਰੀਮ ਕੋਰਟ ਨੇ ਖਾਰਜ ਕਰਤੀ ਹੈ ਕਿ ਸਮਾਪਤੀ ਇਹਦੀ ਕਰ ਸਕਦਾ, ਇਜਾਜ਼ਤ ਦਿੰਦਾ ਹੈ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਅਕੋਰਡਿੰਗ ਟੂ ਆਰਟੀਕਲ 42। ਰਾਈਟ ਹੋ ਗਿਆ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਸਰੀਜਾ ਅਕੁਲਾ, ਸਰੀਜਾ ਅਕੁਲਾ ਬਿਕਮ ਦਾ ਇੰਡੀਆਜ਼ ਟੌਪ ਟੇਬਲ ਟੈਨਿਸ ਸਟਾਰ। ਸੋ ਇੰਡੀਆ ਦੀ ਟੌਪ ਦੀ ਟੇਬਲ ਟੈਨਿਸ ਸਟਾਰ ਹੈ ਜਿਹੜੀ, ਉਹ ਕੌਣ ਬਣੀ ਹੈ ਜੀ, ਮਨਿਕਾ ਨੂੰ ਪਿੱਛੇ ਛੱਡ ਕੇ ਸਰੀਜਾ ਅਕੁਲਾ ਬਣੀ ਹੈ। ਠੀਕ ਹੈ। ਸਰੀਜਾ ਅਕੁਲਾ ਤੇਲੰਗਾਨਾ ਦੀ ਆਈ ਥਿੰਕ ਰਹਿਣ ਵਾਲੇ ਨੇ, ਅਤੇ ਮਨਿਕਾ ਆਈ ਥਿੰਕ ਨਿਊ ਦਿੱਲੀ ਦੇ ਰਹਿਣ ਵਾਲੇ ਨੇ। ਠੀਕ ਹੈ, ਇੱਕ ਵਾਰੀ ਮੈਂ ਕਨਫਰਮ ਕਰ ਦੂੰਗਾ, ਲੇਕਿਨ ਫਿਰ ਵੀ ਤੁਸੀਂ ਵੀ ਕਨਫਰਮ ਕਰ ਲਿਓ ਕਿ ਸਰੀਜਾ ਅਕੁਲਾ ਅਤੇ ਮਨਿਕਾ ਬੱਤਰਾ ਕਿੱਥੋਂ ਦੇ ਰਹਿਣ ਵਾਲੇ ਨੇ। ਇਹ ਆਈ ਥਿੰਕ ਤੇਲੰਗਾਨਾ ਤੋਂ ਨੇ, ਅਤੇ ਇਹ ਆਈ ਥਿੰਕ ਨਿਊ ਦਿੱਲੀ ਤੋਂ ਨੇ। ਠੀਕ ਹੈ। ਸੋ ਇਹਨਾਂ ਨੇ ਇਹਨੂੰ ਪਿੱਛੇ ਛੱਡਤਾ। ਠੀਕ ਹੈ। ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਵਰਲਡ ਲੈਵਲ 'ਤੇ ਆਪਾਂ ਗੱਲ ਕਰਦੇ ਹਾਂ, 2 ਟਾਈਮ ਇੰਟਰਨੈਸ਼ਨਲ, ਜੇ ਆਪਾਂ ਨੈਸ਼ਨਲ ਚੈਂਪੀਅਨਸ਼ਿਪ ਵੀ ਰਹੇ,
ਰਹੀ ਹੈ ਸਰੀਜਾ ਕੌਰ ਅਕੂਲਾ, ਅਤੇ ਇਹਨਾਂ ਨੇ ਮਿਕਸਡ ਡਬਲ ਦੇ ਵਿੱਚ ਕਾਮਨਵੈਲਥ ਦੇ ਵਿੱਚ ਵੀ ਗੇਮ ਜਿੱਤੀ ਹੋਈ ਹੈ, ਖੇਡਾਂ ਦੇ ਵਿੱਚ ਚੈਂਪੀਅਨ ਰਹੀ ਹੋਈ ਹੈ ਅਤੇ ਨੰਬਰ 1 ਦੀ ਲਿਸਟ ਦੇ ਵਿੱਚ ਉਹਦਾ ਆਪਣਾ ਨਾਮ ਹੈ ਜਿਹੜਾ ਉਹ ਦਰਜ ਕਰਾ ਚੁੱਕਾ। ਅੱਗੇ ਆ ਗਿਆ ਪਪੂਆ ਨਿਊ ਗਿਨੀ। ਸੋ ਪਪੂਆ ਨਿਊ ਗਿਨੀ ਦੀ ਕੰਟਰੀ ਦੀ ਹੁਣੇ ਆਪਾਂ ਗੱਲ ਕੀਤੀ ਹੈ, ਫਸਟ ਡਿਫੈਂਸ ਐਡਵਾਈਜ਼ਰ ਟੂ ਇੰਡੀਆ ਉਹਨਾਂ ਨੇ ਅਪੁਆਇੰਟ ਕੀਤਾ, ਆਪਣਾ ਪਹਿਲੀ ਵਾਰੀ ਭਾਰਤ ਲਈ ਪਹਿਲਾ ਰੱਖਿਆ ਸਲਾਹਕਾਰ ਜਿਹੜਾ ਹੈ ਨਿਯੁਕਤ ਕੀਤਾ ਗਿਆ। ਸੋ ਉਹਦਾ ਨਾਮ ਦੇਖਦੇ ਹਾਂ, ਪਪੂਆ ਨਿਊ ਗਿਨੀ ਹੈਜ਼ ਅਪੁਆਇੰਟਡ ਕਰਨਲ ਐਡੀਸਨ ਨੈਪਿਓ। ਐਡੀਸਨ ਨੈਪਿਓ ਨੂੰ ਪਹਿਲਾ ਡਿਫੈਂਸ ਐਡਵਾਈਜ਼ਰ ਜੋ ਕਿ ਇੰਡੀਆ ਦਾ ਬਣੂਗਾ, ਇੰਡੀਆ ਲਈ ਬਣੂਗਾ, ਉਹਨੂੰ ਨਿਯੁਕਤ ਕੀ ਦਿੱਤਾ ਗਿਆ। ਐਡੀਸਨ ਨੈਪਿਓ ਨਾਮ ਯਾਦ ਰੱਖਣਾ ਹੈ। ਹੀ ਸਕਸੀਡਡ ਦ ਐਕਟਿੰਗ ਚੀਫ ਆਫ ਡਿਫੈਂਸ ਫੋਰਸ ਕਮਾਂਡਰ ਫਿਲਿਪ ਪੋਲੇਵਾਲਾ। ਸੋ ਉਹਨਾਂ ਨੇ ਫਿਲਿਪ ਪੋਲੇਵਾਲਾ ਦੀ ਥਾਂ ਲਈ ਹੈ। ਇੰਡੀਆ ਅਤੇ ਪਪੂਆ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਲਾਈਕ ਡਿਪਲੋਮੈਟਿਕ ਰਿਲੇਸ਼ਨਸ 1976 ਤੋਂ ਹੀ ਸਟਾਰਟ ਹੁੰਦੇ ਨੇ ਅਤੇ ਵਧੀਆ ਨੇ, ਫਰੈਂਡਲੀ ਰਿਲੇਸ਼ਨਸ ਨੇ, ਇਹਨਾਂ ਨਾਲ ਕੋਈ ਦਿੱਕਤ ਨਹੀਂ ਹੈਗੀ, ਲੈਣਾ ਦੇਣਾ ਨਹੀਂ ਹੈਗਾ। ਪਪੂਆ ਨਿਊ ਗਿਨੀ ਅਤੇ ਕੈਪੀਟਲ ਜੇ ਆਪਾਂ ਗੱਲ ਕਰਦੇ ਹਾਂ ਤਾਂ ਪੋਰਟ ਮੋਰਸਬਾਈ ਹੈ, ਅਤੇ ਕਰੰਸੀ ਕੀ ਹੈ ਪਪੂਆ ਨਿਊ ਗਿਨੀ ਦੀ, ਕਿੰਨਾ, ਠੀਕ ਹੈ। ਇਹ ਦੋ ਚੀਜ਼ਾਂ ਬਹੁਤ ਯਾਦ ਰੱਖ ਲਿਓ, ਕੈਪੀਟਲ ਅਤੇ ਕਰੰਸੀ ਹਰ ਚੀਜ਼ ਦੀ, ਹਰ ਦੇਸ਼ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਜਦੋਂ ਵੀ ਕਿਸੇ ਕਰੰਟ ਅਫੇਅਰ 'ਚ ਆਉਂਦੀ ਹੈ। ਅੱਗੇ ਆ ਗਿਆ ਰਿਲਾਇੰਸ ਜੀਓ ਇਮਰਜ ਵਰਲਡਸ ਲਾਰਜੈਸਟ ਮੋਬਾਈਲ ਓਪਰੇਟਰ ਇਨ ਡਾਟਾ ਟ੍ਰੈਫਿਕ। ਸਭ ਨੂੰ ਪਤਾ ਹੈ ਜੀ, ਜੀਓ ਨੇ ਤਾਂ ਗਾਹ ਪਾ ਰੱਖਿਆ ਸਭ ਜਗ੍ਹਾ, ਹਰ ਜਗ੍ਹਾ ਜੀਓ ਜੀਓ ਹੋਈ ਪਈ ਹੈ, ਜੀਓ ਜੀ ਜੀਓ, ਰਾਈਟ। ਸੋ ਡਾਟਾ ਟ੍ਰੈਫਿਕ ਦੇ ਵਿੱਚ ਮੋਬਾਈਲ ਓਪਰੇਟਰ ਦਾ ਸਭ ਤੋਂ ਲਾਰਜੈਸਟ ਜੇ ਮੋਬਾਈਲ ਓਪਰੇਟਰ ਹੈ ਉਹ ਰਿਲਾਇੰਸ ਜੀਓ ਬਣ ਕੇ ਉਭਰਿਆ ਹੈ, ਆਪਾਂ ਵਰਲਡ ਵਾਈਡ ਦੀ ਗੱਲ ਕਰਦੇ ਹਾਂ। ਸਿੰਪਲ ਜਿਹਾ ਹੀ ਪੁਆਇੰਟ ਹੈ, ਇਹਦੇ ਵਿੱਚੋਂ ਕੁਛ ਡਾਟਾ ਅਗਰ ਆਪਾਂ ਗੱਲ ਕਰੀਏ ਲਿਖਣ ਦੀ ਲੋੜ ਨਹੀਂ ਹੈ। ਐਜ਼ ਅ ਮਾਰਚ ਆਫ 2024 ਜੀਓ ਬੂਸਟ ਆ ਸਬਸਕ੍ਰਾਈਬਰ ਬੇਸ ਆਫ 481.8 ਬਿਲੀਅਨ, ਆਊਟ ਆਫ ਵਿੱਚ 108 ਸਬਸਕ੍ਰਾਈਬਰ ਆਰ ਔਨ ਜੀਓਸ ਟਰੂ 5G ਸਟੈਂਡ ਆਨ ਨੈਟਵਰਕ। ਜੇ ਆਪਾਂ ਗੱਲ ਕਰਦੇ ਹਾਂ 481 ਮਿਲੀਅਨ ਲੋਕ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ, 108 ਉਹਨਾਂ 'ਚੋਂ 5G ਵਾਲੇ ਨੇ, ਰਾਈਟ। ਸੋ ਇੰਨਾ ਕੁ ਯਾਦ ਰੱਖਣਾ ਹੈ। ਮੁਕੇਸ਼ ਅੰਬਾਨੀ ਚੇਅਰਮੈਨ ਨੇ ਅਤੇ ਮੈਨੇਜਿੰਗ ਡਾਇਰੈਕਟਰ ਆਫ ਰਿਲਾਇੰਸ ਨੇ, ਇਹ ਵੀ ਤੁਸੀਂ ਯਾਦ ਰੱਖਣੀ ਹੈ ਗੱਲ। ਸਾਕਸ਼ੀ ਮਿੱਤਲ ਜੀ ਦਾ ਨਾਮ ਆ ਗਿਆ ਜੀ, ਜੋ ਕਿ IAS ਆਫਿਸਰ ਨੇ। ਇਹਨਾਂ ਨੂੰ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ, ਹੁਣ ਪਰਸਨਲ ਐਂਡ ਟ੍ਰੇਨਿੰਗ ਕੌਣ ਹੁੰਦੇ ਨੇ, ਡਿਪਾਰਟਮੈਂਟ ਕਿਹੜਾ ਟ੍ਰੇਨ, ਇੱਕ ਨਾ HR ਡਿਪਾਰਟਮੈਂਟ ਹੁੰਦਾ, ਹਿਊਮਨ ਰਿਸੋਰਸ ਡਿਪਾਰਟਮੈਂਟ, ਉਹਦੀ ਕੱਲ੍ਹ ਨੂੰ ਅਪੁਆਇੰਟਮੈਂਟ ਕਰਨੀ ਆ ਕਿਸੇ ਬੰਦੇ ਨੂੰ ਰੱਖਣਾ, ਠੀਕ ਹੈ, ਦੇਖਣਾ ਵੀ ਉਹਨੂੰ ਕਿਸ ਤਰੀਕੇ ਦਾ ਬੰਦਾ ਰੱਖਣਾ। ਸੋ ਇਹ ਪਰਸਨਲ ਐਂਡ ਟ੍ਰੇਨਿੰਗ ਵਾਲੇ ਡਿਪਾਰਟਮੈਂਟ ਵਾਲੇ ਬੰਦੇ ਰੱਖਦੇ ਨੇ, ਤਾਂ ਉਹਦੇ ਡਾਇਰੈਕਟਰ ਕੌਣ ਨੇ ਜੀ, ਸਾਕਸ਼ੀ ਮਿੱਤਲ ਨੇ, ਇਹ ਚੀਜ਼ ਦਾ ਧਿਆਨ ਰੱਖਣਾ। ਸੋ ਮਿੱਤਲ ਹੈਜ਼ ਬਿਨ ਸਿਲੈਕਟਡ ਫੋਰ ਦ ਅਪੁਆਇੰਟਮੈਂਟ ਐਜ਼ ਅ ਡਾਇਰੈਕਟਰ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ। ਸ਼ੀ ਹੈਜ਼ ਬਿਨ ਸਿਲੈਕਟਡ ਫੋਰ ਦ ਅਪੁਆਇੰਟਮੈਂਟ ਅੰਡਰ ਦ ਸੈਂਟਰਲ ਸਟਾਫਿੰਗ ਸਕੀਮ ਫੋਰ 5 ਈਅਰ, 5 ਸਾਲਾਂ ਵਾਸਤੇ ਇਹਨਾਂ ਨੂੰ ਚਾਰਜ ਦਿੱਤਾ ਗਿਆ ਅਹੁਦਾ ਸੰਭਾਲਣ ਦਾ। ਸੋ ਮਿੱਤਲ ਜਿਹੜੇ ਨੇ 2010 ਬੈਚ ਦੇ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸਿਸ ਦੇ ਨੇ, ਜਿਹੜੇ ਕਿ AGMUT, ਠੀਕ ਹੈ, ਇੱਕ ਸਕੇਟਰ ਦੇ ਨੇ। ਸ਼ੀ ਵਾਜ਼ ਰਿਕਮੈਂਡਡ ਫੋਰ ਦ ਸੈਂਟਰਲ ਡਿਪੂਟੇਸ਼ਨ ਬਾਈ ਮਿਨਿਸਟਰੀ ਆਫ ਹੋਮ ਅਫੇਅਰ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਹਨਾਂ ਦੀ ਸਿਫਾਰਿਸ਼ ਕੀਤੀ, ਇਹਨੂੰ ਅੱਗੇ ਅਹੁਦਾ ਜਿਹੜਾ ਦਿੱਤਾ ਗਿਆ ਹੈ ਸਾਕਸ਼ੀ ਮਿੱਤਲ ਜੀ ਨੂੰ। ਨੈਕਸਟ ਪੁਆਇੰਟ ਆ ਗਿਆ ਤੁਹਾਡੇ ਅੱਗੇ, ਨੈਕਸਟ ਦੀ ਗੱਲ ਕਰਦੇ ਹਾਂ, ਏਅਰ ਇੰਡੀਆ ਸਾਇੰਸ ਕੋਡ ਸ਼ੇਅਰ ਐਗਰੀਮੈਂਟ, ਠੀਕ ਹੈ। ਸੋ ਇਹ ਏਅਰ ਇੰਡੀਆ ਸਾਇੰਸ ਕੋਡ ਸ਼ੇਅਰ ਐਗਰੀਮੈਂਟ ਵਿਦ ਜਪਾਨਸ ਆਲ ਨਿਪੋਨ ਏਅਰਵੇਜ਼। ਸੋ ਏਅਰ ਇੰਡੀਆ ਨੇ ਜਪਾਨ ਦੇ ਸਾਰੇ ਨਿਪੋਨ ਏਅਰਵੇਜ਼ ਨਾਲ ਕੋਡ ਸ਼ੇਅਰ ਸਮਝੌਤੇ 'ਤੇ ਹਸਤਾਖਰ ਕੀਤੇ ਨੇ, ਇਹ ਯਾਦ ਰੱਖਣਾ ਹੈ। ਏਅਰ ਇੰਡੀਆ ਇੱਕ ਪਾਸੇ, ਏਅਰ ਇੰਡੀਆ ਅਤੇ ਦੂਜੇ ਪਾਸੇ ਕੌਣ ਹੈ, ਜਪਾਨ ਹੈ, ਕੌਣ ਹੈ, ਜਪਾਨ, ਰਾਈਟ। ਸੋ ਜਪਾਨ ਹੈ, ਦੂਜੇ ਪਾਸੇ ਜਪਾਨ ਹੈ, ਅਤੇ ਦੋਨਾਂ ਨੇ ਆਪਸੀ ਕੀ ਕੀਤਾ ਜੀ, ਆਪਸੀ ਸਮਝੌਤੇ ਕੀਤੇ ਨੇ, ਜਿਹਦੇ ਵਿੱਚ ਇੰਡੀਆ ਅਤੇ ਜਪਾਨ ਦੋਨੇ ਦੇਸ਼ਾਂ ਦੇ ਵਿੱਚ ਹੋਊਗਾ ਕਿ ਫੋਰ ਐਗਜ਼ਾਮਪਲ ਕਿ ਇੱਥੋਂ ਕੋਈ ਬੰਦਾ ਗਿਆ ਹੋਇਆ ਉਹ ਕੀ ਕਰੇਗਾ, ਉਹ ਜਪਾਨ ਦੇ ਵਿੱਚ ਇੱਕ ਸਿੰਗਲ ਫਲਾਈਟ ਦੇ ਜ਼ਰੀਏ ਜਾ ਸਕਦਾ ਹੈ, ਸਿੰਗਲ ਟਿਕਟ ਜ਼ਰੀਏ ਜਾ ਸਕਦਾ ਹੈ। ਮਤਲਬ ਕਿ ਜੇ ਇੰਡੀਆ ਤੋਂ ਜਪਾਨ ਤੱਕ ਜਾਣਾ ਅਤੇ ਜਪਾਨ ਤੋਂ ਇੰਡੀਆ ਤੱਕ ਆਉਣਾ ਤਾਂ ਇੱਕ ਨਾ ਰਿਟਰਨ ਟਿਕਟ ਲੈਣੀ ਪੈਂਦੀ ਸੀ, ਲੇਕਿਨ ਹੁਣ ਰਿਟਰਨ ਟਿਕਟ ਨਹੀਂ ਹੈ, ਸਿੰਗਲ ਟਿਕਟ 'ਤੇ ਤੁਸੀਂ ਜਿਹੜਾ ਹੈ ਉਹ ਆਪਣਾ
ਮਤਲਬ ਉੱਥੇ ਟਰੈਵਲ ਕਰ ਸਕਦੇ ਹੋ। ਇਹ ਕਹਿਣਾ ਹੈ ਨਿਪੋਨ ਏਅਰਵੇਜ਼ ਦਾ। ਤਾਂ ਹੁਣ ਨਿਪੋਨ ਏਅਰਵੇਜ਼ ਕਿੱਥੋਂ ਦੀ ਆ ਗਈ? ਜਾਪਾਨ ਦੀ ਆ ਗਈ। ਏਅਰ ਇੰਡੀਆ ਤਾਂ ਤੁਹਾਨੂੰ ਪਤਾ ਹੀ ਹੈ, ਇੰਡੀਆ ਦੀ ਹੈ, ਠੀਕ ਹੈ। ਇਸ ਸੀਈਓ ਦੀ ਗੱਲ ਕਰਦੇ ਹਾਂ, ਕੌਮਫੈਲ ਵਿਲਸਨ ਨੇ, ਇੱਥੋਂ ਦੇ ਸੀਈਓ ਤੇ ਫਾਊਂਡਰ ਨੇ ਜੇ ਆਰ ਡੀ ਟਾਟਾ ਜੀ, ਫਾਊਂਡਡ 1932 ਦੇ ਵਿੱਚ ਮੁੰਬਈ ਦੇ ਵਿੱਚ, ਹੈੱਡਕੁਆਟਰ ਨਿਊ ਦਿੱਲੀ। ਇਹ ਤੁਸੀਂ ਯਾਦ ਰੱਖਣਾ ਹੈ। ਚਾਰੋਂ ਪੁਆਇੰਟਸ ਕਿਹਦੇ ਨੇ ਜੀ? ਏਅਰ ਇੰਡੀਆ ਦੇ ਨਾਲ ਰਿਲੇਟਡ ਨੇ, ਤਾਂ ਮੈਂ ਤੁਹਾਨੂੰ ਸਟੈਟਿਕ ਪੁਆਇੰਟ ਵਜੋਂ ਨਾਲ ਦੱਸ ਦੇ, ਠੀਕ ਹੈ ਜੀ। ਨੈਕਸਟ ਆ ਗਿਆ ਮਾਈਕਰੋਸਾਫਟਸ ਵਾਸਾ 1। ਸੋ ਵਾਸਾ 1 ਕੀ ਚੀਜ਼ ਹੈ ਤੁਹਾਨੂੰ ਮੈਂ ਧਿਆਨ ਨਾਲ ਸਮਝਾਉਣਾ। ਇਹਦੇ ਬਾਰੇ ਮੈਂ ਨਾ ਕੱਲ ਐਮਸੀਕਿਊ ਦੇ ਵਿੱਚ ਵੀ ਚਰਚਾ ਕੀਤੀ ਸੀ, ਲੇਕਿਨ ਅੱਜ ਮੈਂ ਥੋੜ੍ਹੀ ਜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰੂੰਗਾ। ਇਹ ਡਿਟੇਲ ਦੀ ਡਿਸਕਸ਼ਨ ਸਿਰਫ ਤੁਹਾਨੂੰ ਦਿਖੀ ਜਾਊਗੀ ਵੀਡੀਓ ਦੇ ਜ਼ਰੀਏ ਹੀ। ਜਿਵੇਂ ਇੱਕ ਫੋਟੋ ਹੈ, ਇਹਦੀ ਫੋਟੋ ਤੁਸੀਂ ਨੋਰਮਲੀ ਦੇਖੀ ਹੋਣੀ, ਜਾਂ ਇਹ ਫੋਟੋ ਤੁਸੀਂ ਦਿਖ ਰਹੀ ਹੈ, ਜਾਂ ਇਹ ਫੋਟੋ ਦਿਖ ਰਹੀ ਹੈ, ਇਹ ਤਾਂ ਮੋਸਟਲੀ ਸਭ ਨੇ ਦੇਖੀ ਹੋਣੀ, 99% ਸ਼ੋਰ ਹੈ। ਲੇਕਿਨ ਇਹਨਾਂ ਦੇ ਅੰਦਰ ਮੂਵਮੈਂਟ ਵੀ ਹੋਊਗੀ। ਹੁਣ ਮੂਵਮੈਂਟ ਦੇ ਜ਼ਰੀਏ ਜਦੋਂ ਇਹਨਾਂ ਨੂੰ ਜੋੜਿਆ ਜਾਊਗਾ ਤਾਂ ਇਹਦੀ ਇੱਕ ਵੀਡੀਓ ਵੀ ਬਣ ਜੂਗੀ, ਵੀਡੀਓ ਕਲਿੱਪ ਬਣ ਜੂਗਾ, ਜਿਹਨੂੰ ਸ਼ਾਰਟ ਵੀਡੀਓ ਕਿਹਾ ਜਾਂਦਾ ਹੈ। ਸੋ ਚਿੱਤਰਾਂ ਨੂੰ ਜੀਵਨ ਵਿੱਚ ਲਿਆਉਣਾ ਹੋ ਗਿਆ। ਮਾਈਕਰੋਸਾਫਟ ਦਾ ਅਗਲਾ ਵਾਸਾ 1 ਇੱਕ ਕੀ ਹੈ ਜੀ? ਐਪ ਹੈ, ਇੱਕ ਪਲੇਟਫਾਰਮ ਹੈ। ਇਹਨੂੰ ਇੰਟਰੋਡਿਊਸ ਕੀਤਾ ਗਿਆ ਮਾਈਕਰੋਸਾਫਟ ਦੇ ਦੁਆਰਾ, ਰਾਈਟ ਹੈ ਗਿਆ। ਮਾਈਕਰੋਸਾਫਟ ਇੱਕ ਕੰਪਨੀ ਹੈ ਜਿਹਨੇ ਵਾਸਾ 1 ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜਿਹੜੇ ਪਿਕਚਰਸ ਨੇ, ਜਿਹੜੀਆਂ ਫੋਟੋਆਂ ਨੇ, ਉਹਨਾਂ ਨੂੰ ਜੋੜ ਕੇ ਇੱਕ ਵੀਡੀਓ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਐਨੀਮੇਸ਼ਨ ਹੋਇਆ ਕਰੂਗੀ, 45 ਫਰੇਮਸ ਪਰ ਸੈਕਿੰਡ ਚੱਲਿਆ ਕਰਨਗੇ, ਤੇ 2 ਮਿੰਟਸ ਪਰ ਵੀਡੀਓ ਯੂਜ਼ਿੰਗ ਆ ਦਿਸ ਟਾਈਪ ਆਫ ਲਾਈਕ ਇੱਕ ਐਨੀਮੇਸ਼ਨ, ਇੱਕ ਐਪ ਲਾ ਲਓ, ਇੱਕ ਸੋਫਟਵੇਅਰ ਲਾ ਲਓ, ਠੀਕ ਹੈ। ਸੋ ਇਹ ਯਾਦ ਰੱਖਣ ਦੀ ਲੋੜ ਨਹੀਂ ਹੈ, ਬਸ ਇੰਨਾ ਕੁ ਯਾਦ ਰੱਖਣਾ ਹੈ ਕਿ ਵਾਸਾ 1 ਕੀ ਹੈ ਜੀ? ਇੱਕ AI ਦੇ ਦੁਆਰਾ ਪ੍ਰਮਾਣਿਤ ਇੱਕ ਪ੍ਰੋਗਰਾਮ ਆ, ਇੱਕ ਐਪਲੀਕੇਸ਼ਨ ਆ, ਜਿਹਨੂੰ ਲਾਂਚ ਕੀਤਾ ਗਿਆ ਮਾਈਕਰੋਸਾਫਟ ਦੁਆਰਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇੰਟਰੋਡਿਊਸ ਕੀਤਾ, ਰਾਈਟ ਹੋ ਗਿਆ ਜੀ। ਚਲੋ ਨੈਕਸਟ ਆ ਗਿਆ ਜੀ ਲਾਸਟ ਦੇ ਉੱਤੇ ਤੁਹਾਡੇ MCQs। ਸੋ MCQs ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਰੀਸੈਂਟਲੀ ਹੂ ਬਿਕੇਮ ਦ ਫਸਟ ਯੰਗੈਸਟ ਸੋਰੀ ਫਸਟ ਨੀ ਯੰਗੈਸਟ ਮੇਲ ਚੈਸ ਪਲੇਅਰ ਟੂ ਵਿਨ ਦਾ FIDE ਕੈਂਡਿਡ ਟੂਰਨਾਮੈਂਟ। ਸੋ FIDE ਕੈਂਡਿਡ ਟੂਰਨਾਮੈਂਟ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਪੁਰਸ਼ ਸ਼ਤਰੰਜ ਖਿਡਾਰੀ ਕੌਣ ਬਣਿਆ ਹੈ FIDE ਦੇ ਵਿੱਚ? ਸੋ ਆਪਸ਼ਨਸ ਨੇ ਡਿੰਗ ਲਰਿਨ, ਡੀ ਗੁਕੇਸ਼, ਅਰਜੁਨ ਅਰੀਗਸੀ, ਨਿਹਾਲ ਸੈਰੇਨ। ਸੋ ਇਹਦੇ ਵਿੱਚੋਂ ਡੀ ਗੁਕੇਸ਼ ਤੁਹਾਡਾ ਹੈਗਾ, ਬੀ ਆਪਸ਼ਨ ਵਿਲ ਬੀ ਦਾ ਰਾਈਟ ਆਂਸਰ। ਇਹ ਸਭ ਤੋਂ ਛੋਟਾ ਹੈ, ਇੰਡੀਆ ਦੇ ਵਿੱਚ 17 ਸਾਲ ਦੀ ਉਮਰ ਹੈ ਇਸ ਬੰਦੇ ਦੀ, ਇਸ ਬੱਚੇ ਦੀ, ਠੀਕ ਹੈ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਤੇ ਇਹ ਇੰਡੀਆ ਨੂੰ ਬਿਲੋਂਗ ਕਰਦਾ ਹੈ, ਰਾਈਟ ਹੋ ਗਿਆ। ਸੋ ਇਹ ਕਿੱਥੇ ਹੋਇਆ ਜੀ ਇਹ ਟੂਰਨਾਮੈਂਟ? ਇਹ ਟੂਰਨਾਮੈਂਟ ਹੋਇਆ ਜੀ ਟੋਰਾਂਟੋ, ਕੈਨੇਡਾ ਦੇ ਵਿੱਚ, ਰਾਈਟ ਹੋ ਗਿਆ। ਚਲੋ ਨੈਕਸਟ ਆ ਗਿਆ ਜੀ, ਨੈਕਸਟ ਕੁਐਸਚਨ ਆ ਗਿਆ ਥ੍ਰਿਸ਼ੂਰ। ਸੋ ਥ੍ਰਿਸ਼ੂਰ ਪੂਰਮ ਇੱਕ ਨਾ ਫੈਸਟੀਵਲ ਮਨਾਇਆ ਜਾਂਦਾ ਹੈ, ਮੰਦਿਰ ਦਾ ਇੱਕ ਫੈਸਟੀਵਲ ਹੈ, ਤਿਉਹਾਰ ਹੈ ਵੱਡੇ ਲੈਵਲ ਦਾ। ਇਹ ਕਿਹੜੀ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ ਜਿਹਨੂੰ ਥ੍ਰਿਸ਼ੂਰ ਪੂਰਮ ਕਹਿੰਦੇ ਹਨ? ਥ੍ਰਿਸ਼ੂਰ ਪੂਰਮ ਕਹਿੰਦੇ ਹਨ, ਠੀਕ ਹੈ। ਸੋ ਆਪਸ਼ਨ ਨੇ ਕਰਨਾਟਕਾ, ਮਹਾਰਾਸ਼ਟਰਾ, ਕੇਰਲਾ, ਤਮਿਲਨਾਡੂ। ਸੋ ਆਪਸ਼ਨ ਦੇ ਵਿੱਚੋਂ ਕੇਰਲਾ ਵਿਲ ਬੀ ਦਾ ਰਾਈਟ ਆਂਸਰ। ਥਿਰੁਸਰ ਪੂਰਮ ਜਿਹੜਾ ਹੈ ਉਹ ਕੇਰਲਾ ਦੇ ਵਿੱਚ ਮਨਾਇਆ ਜਾਣ ਵਾਲਾ, ਗਲੋਬਲੀ ਕੇਰਲਾ ਦੇ ਵਿੱਚ ਮਨਾਇਆ ਜਾਣ ਵਾਲਾ ਇੱਕ ਫੈਸਟੀਵਲ ਹੈ, ਠੀਕ ਹੈ। ਸੋ ਜਿਹਦੇ ਵਿੱਚ ਲੋਕ ਇਕੱਠੇ ਹੁੰਦੇ ਨੇ, ਮਿਊਜ਼ਿਕ ਚੱਲਦਾ ਹੈ, ਮੇਲੇ ਵਾਂਗੂ ਚੱਲਦੇ, ਪਟਾਕੇ ਚੱਲਦੇ ਨੇ, ਸੋ ਇਹ ਚੀਜ਼ਾਂ ਚੱਲਦੀਆਂ ਨੇ। ਸੋ ਟ੍ਰੈਡੀਸ਼ਨ ਹੈ ਉੱਥੋਂ ਦਾ ਕੇਰਲਾ ਦਾ। ਸੋ ਥਿਰੁਸ ਪੂਰਮ ਜਿਹੜਾ ਹੈ ਇੱਕ ਫੈਸਟੀਵਲ ਹੈ, ਜੋ ਟੈਂਪਲ ਫੈਸਟੀਵਲ ਹੈ, ਉਹ ਕਿੱਥੇ ਮਨਾਇਆ ਜਾਂਦਾ? ਕੇਰਲਾ ਦੇ ਵਿੱਚ। ਸਮਝ ਆ ਗਈ ਸਭ ਨੂੰ ਆਈ ਹੋਪ ਅੱਜ ਦੇ ਪੁਆਇੰਟ। ਸੋ ਕੁਐਸਚਨ ਆਫ ਦਾ ਡੇ ਤੁਹਾਡੇ ਸਾਰਿਆਂ ਵਾਸਤੇ ਕੀ ਹੈ ਜੀ? ਸੈਂਗ ਖੇਲਾਂਗ। ਸੋ ਸੈਂਗ ਖੇਲਾਂਗ ਤਿਉਹਾਰ, ਦੇਖੋ ਮੈਂ ਪੰਜਾਬੀ 'ਚ ਵੀ ਲਿਖ ਰਿਹਾ, ਸੈਂਗ ਖੇਲਾਂਗ ਇੱਕ ਫੈਸਟੀਵਲ ਹੈ, ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ। ਉਹ ਕਿਹੜੀ ਜਗ੍ਹਾ, ਕਿਸ ਸਟੇਟ ਦੇ ਵਿੱਚ ਸੈਲੀਬ੍ਰੇਟ ਹੁੰਦਾ ਹੈ, ਮਨਾਇਆ ਜਾਂਦਾ ਹੈ? ਸੋ ਉਹਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ ਬੇਟਾ। ਸੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੈ। ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ, ਤੇ ਥੈਂਕ ਯੂ ਸੋ ਮੱਚ ਪੂਰਾ ਦੇਖਣ ਵਾਸਤੇ ਵੀਡੀਓ ਨੂੰ, ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਹਲੇ ਤੱਕ ਵੀ ਨਹੀਂ ਕੀਤਾ, ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਰੋਜ਼ ਤੁਸੀਂ ਕਰੰਟ ਅਫੇਅਰਸ ਨਾਲ ਜੁੜ ਸਕੋ, ਠੀਕ ਹੈ। ਸੋ ਥੈਂਕ ਯੂ ਸੋ ਮੱਚ ਗਾਇ, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼। ਬਾਏ ਬਾਏ, ਟੇਕ ਕੇਅਰ।